ਹੋ ਗਾਇਸ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੀ ਹੋਵੋਗੇ। ਸਵੇਰ ਦੇ ਵੱਜ ਚੁੱਕੇ ਆ 11 ਅਤੇ ਅਸੀਂ ਸੋਚ ਰਹੇ ਸੀਗੇ ਕਿ ਅੱਜ ਬਣਾਈਏ ਕਰੇਲੇ, ਕਿਉਂਕਿ ਜਿਵੇਂ ਸਾਨੂੰ ਦੱਸਿਆ ਸੀ ਕਿ ਹੁਣ ਅਸੀਂ ਰੋਜ਼ ਰੈਗੂਲਰ ਤੁਹਾਡੇ ਲਈ ਵਲੋਗ ਲੈ ਕੇ ਆਵਾਂਗੇ। ਅਤੇ ਅੱਜ ਅਸੀਂ ਬਣਾਉਣੇ ਸੀ ਕਰੇਲੇ। ਕਰੇਲਿਆਂ ਨੂੰ ਮੈਂ ਵਾਸ਼ ਕਰਕੇ ਨਮਕ ਲਗਾ ਕੇ ਥੋੜ੍ਹੀ ਦੇਰ ਰੱਖੂੰਗੀ ਧੁੱਪੇ, ਅਤੇ ਫਿਰ ਅਸੀਂ ਸ਼ਾਮ ਨੂੰ ਬਣਾਵਾਂਗੇ ਕਰੇਲੇ, ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਕੰਟੀਨਿਊ ਕਰਾਂਗੇ ਵਲੋਗ ਦੇ ਨਾਲ। ਡਿਲੀਵਰੀ ਕਰਕੇ ਸਾਡੇ ਵਲੋਗ ਆਉਣੇ ਘੱਟ ਗਏ ਸੀਗੇ, ਅਤੇ ਕੁਛ ਟਾਈਮ ਨਹੀਂ ਲੱਗਦਾ ਸੀਗਾ ਬੱਚਿਆਂ ਕਰਕੇ, ਕੁਛ ਯੂ ਵੀ ਬਹੁਤ ਬਿਮਾਰ ਹੋ ਗਿਆ ਸੀ, ਅਤੇ ਇਸ ਲਈ ਅਸੀਂ ਸੋਚਿਆ ਹੁਣ ਅਸੀਂ ਰੈਗੂਲਰ ਤੁਹਾਡੇ ਲਈ ਵਲੋਗ ਲੈ ਕੇ ਆਵਾਂਗੇ। ਐਂਡ ਤੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਅਤੇ ਸਬਸਕ੍ਰਾਈਬ ਵੀ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮੱਚ। ਹਾਂਜੀ ਗਾਈਸ, ਮੈਂ ਕਰੇਲੇ ਵਾਸ਼ ਕਰ ਲਏ ਸੀ, ਅਤੇ ਹੁਣ ਮੈਂ ਇਹਦੇ ਵਿੱਚ ਕੱਟ ਲਗਾ ਕੇ, ਇਹਦੇ ਵਿੱਚ ਨਮਕ ਲਗਾ ਕੇ, ਅਤੇ ਉਹਨੂੰ ਰੱਖਣੇ ਧੁੱਪੇ ਸਾਰਾ ਦਿਨ। ਅਤੇ ਧੁੱਪ ਵਿੱਚ ਕਿਉਂ ਰੱਖੀ ਦੇ ਕਰੇਲੇ? ਧੁੱਪ ਵਿੱਚ ਤਾਂ ਰੱਖਣੇ ਆ ਨਮਕ ਲਗਾ ਕੇ, ਕਿਉਂਕਿ ਇਹਦਾ ਜਿਹੜਾ ਕੜਵਾਪਨ ਆ ਉਹ ਥੋੜ੍ਹਾ ਘੱਟ ਜਾਂਦਾ। ਓਕੇ, ਤਾਂ ਕਰਕੇ ਕਈ ਨਹੀਂ ਵੀ ਰੱਖਦੇ, ਕਈ ਸਿੱਧਾ ਡਾਇਰੈਕਟ ਹੀ ਬਣਾ ਲੈਂਦੇ ਆ, ਪਰ ਫਿਰ ਬਹੁਤ ਜ਼ਿਆਦਾ ਕੜਵੇ ਬੰਦੇ ਖਾਧੇ ਨਹੀਂ ਜਾਂਦੇ। ਓਕੇ ਓਕੇ, ਮੇਰੀ ਮੰਮੀ ਵੀ ਇੱਦਾਂ ਹੀ ਬਣਾਉਂਦੇ ਸੀਗੇ। ਪਰ ਕੜਵੇ ਪਨ ਦਾ ਖਾਣ ਦਾ ਫਾਇਦਾ ਹੈਗਾ ਕਿ ਨਹੀਂ? ਫਾਇਦਾ ਤਾਂ ਹੈਗਾ, ਜਿਹੜੇ ਸ਼ੂਗਰ ਵਾਲੇ ਉਹਨਾਂ ਵਾਸਤੇ ਹੈਗਾ, ਕਈ ਖਾਂਦੇ ਆ ਖੁਸ਼ ਹੋ ਕੇ, ਪਰ ਮੈਨੂੰ ਨਹੀਂ ਸਵਾਦ ਲੱਗਦੇ। ਅੱਛਾ, ਮਤਲਬ ਸ਼ੂਗਰ ਵਾਸਤੇ ਕੜਵੇ ਪਨ ਵਾਲੇ ਕਰੇਲੇ ਵਧੀਆ ਹੁੰਦੇ ਆ? ਹਾਂ ਠੀਕ ਆ, ਉਹ ਤਾਂ ਚਾਹੇ ਇੱਦਾਂ ਵੀ ਖਾ ਲਓ। ਤੇ ਕਿੰਨੀ ਦੇਰ ਚ ਬਣ ਜੂਗੇ ਇਹ? ਹਰ ਇੱਕ ਦਾ ਆਪਣਾ ਆਪਣਾ ਹਿਸਾਬ ਹੁੰਦਾ ਵਾ, ਟਾਈਮ ਤਾਂ ਲੱਗਦਾ ਹੀ ਆ। ਹੁਣ ਮੈਂ ਬਣਾਉਂਗੀ ਸ਼ਾਮ ਨੂੰ, ਹਜੇ ਟਾਈਮ ਹੋਇਆ ਸਵੇਰ ਦੇ 11:15। ਹੁਣ ਮੈਂ ਇਹਨੂੰ ਰੱਖ ਦੇਣੇ ਆ ਨਾ ਧੁੱਪ ਲਗਾ ਕੇ, ਤੇ ਚਲੋ ਬਾਕੀ ਸ਼ਾਮ ਨੂੰ ਲੈ ਲਾਂਗੇ ਸ਼ੋਟ। ਸ਼ਾਮ ਨੂੰ ਸ਼ੋਟ ਲੈ ਲਿਓ ਜਦੋਂ ਤੁਸੀਂ ਆਉਂਗੇ। ਹਾਂ, ਤੇ ਹੁਣ ਕਰੇਲੇ ਹੈ ਹੋ ਗਏ ਵੈਸੇ, ਹੁਣ ਮੈਂ ਬਸ ਨਮਕ ਲਗਾ ਕੇ ਇਹਨੂੰ ਧੁੱਪੇ ਹੀ ਰੱਖਣਾ ਵਾ, ਫਿਰ ਸਾਰਾ ਮਸਾਲਾ ਵਗੈਰਾ ਤਿਆਰ ਕਰਕੇ ਫਿਰ ਬਣਾਵਾਂਗੇ ਕਰੇਲੇ ਹੁੰਦੇ ਆ ਸ਼ਾਮ ਨੂੰ। ਹਾਂਜੀ ਗਾਈਸ, ਹੁਣ ਮੈਂ ਕਰੇਲੇ ਰੱਖਣ ਜਾ ਰਹੀ ਹਾਂ ਧੁੱਪ ਵਿੱਚ। ਇਹਨੂੰ ਆਪਾਂ ਸ਼ਾਮ ਤੱਕ ਰੱਖਾਂਗੇ ਧੁੱਪ ਵਿੱਚ, ਤਾਂ ਜੋ ਇਹਦਾ ਜਿਹੜਾ ਕੌੜਾਪਨ ਆ ਉਹ ਖਤਮ ਹੋ ਜਾਵੇ। ਸੋ ਹਾਂਜੀ ਗਾਈਸ, ਮੈਂ ਆ ਗਿਆ ਸੀਗਾ, ਅਤੇ ਅਨੀਕਾ ਵੀ ਲੱਗੀ ਹੋਈ ਹੈ ਕਰੇਲੇ ਨੂੰ ਵਾਸ਼ ਕਰਨ, ਕਰੇਲੇ ਦੀ ਧੋ ਧੋਈ ਕਰਨ। ਇਹਨੂੰ ਮੈਂ ਧੁੱਪ ਵਿੱਚ ਰੱਖਿਆ ਸੀਗਾ ਥੋੜ੍ਹੀ ਦੇਰ ਪਹਿਲਾਂ, ਧੁੱਪ ਵਿੱਚ ਰੱਖਿਆ ਸੀਗਾ, ਅਤੇ ਧੁੱਪ ਵਿੱਚ ਰੱਖਣ ਤੋਂ ਬਾਅਦ ਅਤੇ ਇਹਨੂੰ ਵਾਸ਼ ਕਰੀਦਾ, ਹੈ ਨਾ, ਜਿਹੜਾ ਨਮਕ ਲੱਗਿਆ ਹੁੰਦਾ ਸਾਰਾ ਉਤਰ ਜਾਂਦਾ। ਫਿਰ ਵਾਸ਼ ਕਰਕੇ ਨਾ ਚੰਗੀ ਤਰ੍ਹਾਂ ਹੁਣ ਇਹਨੂੰ ਤਲਣਾ, ਵਾਸ਼ ਕਰਕੇ ਫਿਰ ਹੁਣ ਤਲਾਂਗੇ ਅਤੇ ਫਿਰ ਬਣਾਵਾਂਗੇ ਕਰੇਲੇ। ਕਰੇਲੇ ਬਲੋਗ ਜੋ ਵੀ ਅੱਛਾ, ਧੁੱਪ ਵਿੱਚ ਜਦੋਂ ਰੱਖਣੇ ਆ ਉੱਪਰ ਦਾ ਪਰਤ ਉਤਾਰ ਕੇ ਫਿਰ ਰੱਖਣੇ ਆ? ਹਾਂ, ਮੈਂ ਨਾ ਪਹਿਲਾਂ ਉਤਾਰਨੀ ਭੁੱਲ ਗਈ ਸੀ। ਅੱਛਾ, ਤੇ ਮੈਂ ਸਿੱਧਾ ਕੱਟ ਲਗਾ ਕੇ ਨਮਕ ਲਗਾਤਾ ਸੀ, ਫਿਰ ਮੈਂ ਬਾਅਦ ਵਿੱਚ ਉਤਾਰਿਆ, ਉਤਾਰ ਕੇ ਨਾ ਮੈਂ ਫਿਰ ਰੱਖਤਾ ਸੀ ਧੁੱਪ ਵਿੱਚ। ਕਰੇਲੇ ਨੂੰ ਤਲਦੇ ਪਏ ਹਾਂ, ਉਸ ਤੋਂ ਬਾਅਦ ਮਸਾਲਾ ਤਿਆਰ ਕਰਕੇ ਤੇਲ ਦੀ ਪੀਲਿੰਗ ਕਰਾਂਗੇ। ਸੋਰੀ ਗਾਇਸ, ਪਿੱਛੇ ਸ਼ੋਰ ਆ ਰਿਹਾ ਹੋਊਗਾ, ਸਾਡੇ ਪੜੋਸੀਆਂ ਦੇ ਮਿਸਤਰੀ ਲੱਗੇ ਹੋਏ ਆ, ਇਸ ਕਰਕੇ ਥੋੜ੍ਹਾ ਸ਼ੋਰ ਆ ਰਿਹਾ ਹੋਊਗਾ, ਉਹਨੂੰ ਥੋੜ੍ਹਾ ਇਗਨੋਰ ਕਰਕੇ ਸਾਡੀ ਆਵਾਜ਼ 'ਤੇ ਫੋਕਸ ਕਰੀਓ। ਡਿਸਟਰਬੈਂਸ ਬਹੁਤ ਆ ਰਹੀ ਹੈ। ਇੱਧਰ ਮਸਾਲੇ ਦੀ ਕਟਿੰਗ ਹੋ ਰਹੀ ਹੈ ਜੀ, ਮੈਂ ਕਿਹਾ ਜਿੰਨੇ ਨੂੰ ਤਲਦੇ ਪਏ ਹਾਂ ਆਪਾਂ ਨਾਲ ਨਾਲ, ਮੈਂ ਮਸਾਲਾ ਤਿਆਰ ਕਰ ਲਵਾਂ। ਗੁੱਡ ਗਰਲ, ਕਿਉਂਕਿ ਟਾਈਮ ਲੱਗਦਾ ਨਾ,
ਕਿੰਨੀ ਦੇਰ ਤਿਆਰ ਹੋ ਜਾਊਗਾ? ਤਲਣ ਤਲਾਈ ਦਾ ਕੰਮ ਹੋ ਗਿਆ, ਕਿੰਨੀ ਦੇਰ? ਪਹਿਲਾਂ ਮੈਂ ਇਹ ਤਲੇ, ਪਹਿਲਾਂ ਕਰੇਲੇ ਤਲੇ, ਉਸ ਤੋਂ ਬਾਅਦ ਮੈਂ ਮਸਾਲਾ ਬਣਾਉਣਾ ਤਿਆਰ ਕਰਨਾ, ਕੱਚਾ ਮਸਾਲਾ ਨਹੀਂ ਨਾ ਪਾਉਣਾ, ਉਸ ਤੋਂ ਬਾਅਦ ਫਿਰ ਕਰੇਲੇ ਵਿੱਚ ਮਸਾਲਾ ਭਰ ਕੇ ਫਿਰ ਹੋਣੇ ਤਿਆਰ। ਮਤਲਬ ਫਿਰ ਬਸ ਸਟੀਮ ਹੀ ਲਵਾਉਣੀ ਹੋਣੀ ਹੈ? ਹਾਂਜੀ ਹਾਂਜੀ, ਸਟੀਮ ਜੀ। ਓਕੇ, ਮੈਂ ਉਸ ਤੋਂ ਬਾਅਦ 10-15 ਮਿੰਟ ਦਾ ਕੰਮ ਹੈ। ਹਾਂਜੀ ਹਾਂਜੀ, ਤੁਸੀਂ ਨਾਲ ਨਾਲ ਨਾ ਧਿਆਨ। ਕਨਿਕਾ ਲੱਗ ਗਈ ਰੋਣ ਕਿਉਂਕਿ ਪਿਆਜ਼ਾਂ ਨੇ ਰੁਆਤਾ ਸਿੱਧੇ ਕਰੇਲੇ ਫਟਾਫਟ ਵਾਸ਼ ਕਰਕੇ, ਨਾਲ ਹੀ ਕੱਟ ਕੇ, ਨਾਲ ਹੀ ਸਿੰਪਲ ਇਹ ਵਾਲਾ ਮਸਾਲਾ ਪਾ ਦਿਓ, ਫਿਰ ਤਾਂ ਮਿੰਟ ਚ ਬਣ ਜਾਂਦੇ। ਹਾਂ, ਫਿਰ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ, ਫਿਰ ਤਾਂ ਵੱਧ ਤੋਂ ਵੱਧ ਅੱਧਾ ਘੰਟਾ ਲੱਗਦਾ। ਅੱਧਾ ਘੰਟਾ ਵੀ ਨਹੀਂ ਲੱਗਦਾ। ਅੱਛਾ, ਹੋਰ ਅਸੀਂ ਪਹਿਲਾਂ ਸੁੱਕਣੇ ਪਾਣੇ, ਧੁੱਪੇ ਰੱਖਣੇ ਉਹਨੂੰ। ਮਤਲਬ ਆਪਾਂ ਤਾਂ ਇੱਦਾਂ ਕੀਤਾ ਨਾ, ਸਾਡਾ ਜਿਹੜਾ ਕੋੜਾ ਪਾਣਾ ਉਹ ਖਤਮ ਹੋ ਜਾਵੇ। ਹਾਂ, ਨਾਲੇ ਖਾ ਕੇ ਦੇਖਿਓ ਕਿੱਦਾਂ, ਕਿੰਨੇ ਵਧੀਆ ਲੱਗਦਾ। ਅੱਛਾ, ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਵਾ। ਕਈ ਇਹਦੇ ਵਿੱਚ ਨਾ ਸੁੱਕਾ ਮਸਾਲਾ ਇਹੀ ਵਾਲਾ ਭਰ ਜਾਂਦੇ ਆ। ਹੁਣ ਇਹ ਵਾਲਾ ਮਸਾਲੇ 'ਚ ਆਪਾਂ ਨਮਕ ਮਿਰਚ ਪਾ ਕੇ ਫਿਰ ਆਪਾਂ ਤਿਆਰ ਕਰਾਂਗੇ। ਓਕੇ, ਅਤੇ ਆਪਣੇ ਜਿਹੜੇ ਸਬਸਕ੍ਰਾਈਬਰ ਹੈ ਪਿਆਰੇ ਪਿਆਰੇ, ਉਹਨਾਂ ਨੂੰ ਕਿੱਦਾਂ ਖਿਲਾਵਾਂਗੇ ਆਪਾਂ, ਜੇ ਟੇਸਟ ਤੁਸੀਂ ਕਹਿ ਰਹੇ ਹੋ ਟੇਸਟ ਕਰਾਵਾਂਗੇ? ਉਹ ਦੇਖ ਕੇ ਸੋਚਣਗੇ ਵਾ, ਗੱਲਬਾਤ ਕਰੇ। ਅੱਛਾ ਜੀ, ਮਤਲਬ ਮੂੰਹੋਂ ਬੋਲੂਗੇ? ਮੂੰਹੋਂ ਬੋਲੂਗੇ। ਸਿਰਫ ਨੋਰਮਲ ਮਟੀਰੀਅਲ ਨੂੰ ਤਵੇ ਤੇਲ ਵਿੱਚ ਪਾ ਕੇ ਫਿਰ ਬਾਅਦ ਵਿੱਚ ਪਾਉਂਦੇ ਆ ਇਹਨੂੰ ਨਮਕ ਵਿੱਚ, ਪਰ ਮੈਂ ਪਹਿਲਾਂ ਹੀ ਪਾਉਂਦੀ ਹਾਂ। ਨਮਕ ਮਿਰਚ ਨੂੰ ਨਾ ਪੂਰੀ ਪਹਿਲਾਂ ਹੀ ਇਸੇ ਤਰ੍ਹਾਂ ਮਿਕਸ ਕਰਕੇ ਫਿਰ ਇਹਨੂੰ ਗਰਮ ਗਰਮ ਤੇਲ ਦੇ ਵਿੱਚ ਪਾਉਣਾ। ਤੇਲ ਬਿਲਕੁਲ ਵੀ ਯੈਲੋ ਨਹੀਂ ਹੋਣਾ ਚਾਹੀਦਾ। ਸੋ ਮਸਾਲਾ ਠੰਡਾ ਹੋ ਚੁੱਕਾ ਸੀਗਾ ਅਤੇ ਆਪਾਂ ਹੁਣ ਕਰੇਲਿਆਂ ਦੀ ਕਰ ਰਹੇ ਹਾਂ ਫੀਲਿੰਗ, ਆਪਾਂ ਨਹੀਂ ਮਤਲਬ ਅਨਿਕਾ ਕਰ ਰਹੀ ਹੈ। ਹਾਂਜੀ ਗਾਇਸ, ਕਰੇਲੇ ਹੁਣ ਮੈਂ ਭਰਤੇ ਅਤੇ ਥੋੜ੍ਹੇ ਜਿਹੇ ਨਾ ਪਿਆਜ਼ ਵੀ ਇਸ ਤਰ੍ਹਾਂ ਭਰ। ਹਾਂਜੀ ਗਾਇਸ, ਹੁਣ ਮੈਂ ਤੇਲ ਗਰਮ ਕਰਕੇ ਉਹਦੇ ਵਿੱਚ ਪਾਏ ਮਸਾਲੇ ਵਾਲੇ ਪਿਆਜ਼ ਅਤੇ ਉਹਨੂੰ 2 ਮਿੰਟ ਫਰਾਈ ਕਰ। ਫਰਾਈ ਕਰਨ ਤੋਂ ਬਾਅਦ ਹੁਣ ਆਪਾਂ ਪਾਤੇ ਕਰੇਲੇ ਅਤੇ ਇਹਨੂੰ 5 ਮਿੰਟ ਆਪਾਂ ਇੱਦਾਂ ਹੀ ਗੈਸ ਉੱਪਰ ਆਂਚ ਘੱਟ ਆਂਚ 'ਤੇ ਰੱਖਣਾ ਵਾ ਅਤੇ ਫਿਰ ਸਾਡੇ ਜਿਹੜੇ ਕਰੇਲੇ ਆ ਉਹ ਬਣ ਕੇ ਤਿਆਰ। ਹਾਂਜੀ, ਇੱਥੋਂ ਕਰਦੇ ਹਾਂ ਵਲੌਗ ਦਾ ਐਂਡ। ਤੁਹਾਨੂੰ ਕਰੇਲੇ ਵਧੀਆ ਲੱਗੇ ਹੋਣ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੀਓ ਅਤੇ ਥੈਂਕ ਯੂ ਸੋ ਮਚ ਪੂਰੀ ਵੀਡੀਓ ਦੇਖਣ ਦੇ ਲਈ। ਓਕੇ ਜੀ, ਮਿਲਦੇ ਹਾਂ ਹੁਣ ਇੱਦਾਂ ਹੀ ਨੈਕਸਟ ਵੀਡੀਓ 'ਚ ਅਤੇ ਤੁਸੀਂ ਦੱਸੋ ਹੁਣ ਕੀ ਲੈ ਕੇ ਆਈਏ, ਕੀ ਬਣਾਈਏ ਅਤੇ ਕੀ ਤੁਹਾਨੂੰ ਖਿਲਾਈਏ ਅਤੇ ਕੀ ਆਪਾਂ ਖਾਈਏ। ਠੀਕ ਹੈ ਜੀ, ਹੁਣ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਓਕੇ, ਬਾਏ।